ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਾਨ ਵੀ ਦਬਾ ਲਓ। ਪੁਲਿਸ ਦਾ ਜੋ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ ਹੋਇਆ, ਇਸ ਦੀ ਪੁਸ਼ਟੀ ਹਾਲੇ ਤੱਕ ਪੁਲਿਸ ਨੇ ਨਹੀਂ ਕੀਤੀ। ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਥਾਣਾ ਛਿਆਟਾ ਅਧੀਨ ਨਰੈਣਗੜ੍ਹ 'ਚ ਪੁਲਿਸ ਤੇ ਗੈਂਗਸਟਰਾਂ ਵਿੱਚ ਮੁਕਾਬਲਾ ਹੋਇਆ। ਗੈਂਗਸਟਰ ਰਵੀ ਗੈਂਗ ਦੇ ਦੱਸੇ ਜਾਂਦੇ ਨੇ। ਇੱਕ ਇਨੋਵਾ ਕਾਰ ਦੇ ਵਿੱਚ 6 ਗੈਂਗਸਟਰ ਜਾ ਰਹੇ ਸੀ ਜਦੋਂ ਪੁਲਿਸ ਨਾਲ ਸਾਹਮਣਾ ਹੋ ਗਿਆ। ਦੱਸਿਆ ਜਾ ਰਿਹਾ ਕਿ ਆਪਸ ਵਿੱਚ ਗੋਲੀਆਂ ਵੀ ਚੱਲੀਆਂ ਤੇ ਇਸ ਤੋਂ ਬਾਅਦ 2 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਤੇ ਬਾਕੀ 4 ਭੱਜਣ ਵਿੱਚ ਕਾਮਯਾਬ ਹੋ ਗਏ। ਹੁਣ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ। ਸਪਸ਼ਟ ਖਬਰਾਂ ਦੇ ਮੁਤਾਬਕ 6 ਪਿਸਟਲਾਂ ਵੀ ਬਰਾਮਦ ਹੋਈਆਂ ਨੇ ਤੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਹੋ ਰਿਹਾ ਤੇ ਦੱਸੋ। ਕਾਪਨ ਕਰਕੇ ਸਰਚ ਕਰ ਰਹੇ ਏਰੀਆ ਦੀ। ਅੱਛਾ, ਇਹ ਵੀ ਤੇ ਆਮੋ ਸਾਹਮਣੇ ਗੋਲੀਆਂ ਚੱਲੀਆਂ, ਕੋਈ ਗੈਂਗਸਟਰ ਆਏ ਨੇ ਕੀ? ਥੋੜੀ ਦੇਰ ਤੱਕ ਤੁਹਾਨੂੰ ਸਾਰਾ ਕੁਝ ਕੁਝ ਗੋਲੀਆਂ ਚੱਲੀਆਂ ਵੈਸੇ ਕਿ ਨਹੀਂ? ਥੋੜੀ ਦੇਰ ਤੱਕ ਪ੍ਰੈਸ ਕਾਨਫਰੰਸ ਕਰਕੇ ਸਾਰਾ। ਅੱਛਾ, ਗੋਲੀ ਚੱਲੀ ਕਿ ਨਹੀਂ ਚੱਲੀ ਆ ਦੱਸੋ ਸਰ। ਹਜੇ ਕੁਝ ਨਹੀਂ ਦੱਸ ਸਕਦਾ, ਕਲੀਅਰ ਕਰ ਲੈਣ ਦਿਓ ਸਾਨੂੰ ਪਲੀਜ਼। ਹਾਂਜੀ, ਕਿਹੜੀ ਜਗ੍ਹਾ ਗੋਲਨਾ ਸਾਹਿਬ ਦੇ ਨਾਮ ਕਿੰਨੇ ਹੋ ਰਹੇ ਨੇ? ਹਾਂਜੀ ਨਹੀਂ, ਕੋਈ ਇੱਥੇ ਸੀ ਦੇਖੋ। ਅੱਜ ਛਿਆਟਾ ਪੁਲਿਸ ਦੇ ਜਿਹੜੇ ਸਾਡੇ ਥਾਣੇ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਕ੍ਰਿਮੀਨਲ ਇੱਥੇ ਇਸ ਏਰੀਏ 'ਚ ਆਏ ਨੇ ਔਰ ਉਸ ਕ੍ਰਿਮੀਨਲ ਦੇ ਉੱਤੇ ਜਿਹੜੇ ਹੈ 2 ਅਸੀਂ ਜਿਹੜੇ ਕ੍ਰਿਮੀਨਲਸ ਹੈ ਉਹ ਫੜੇ ਔਰ ਉਹਨਾਂ ਤੋਂ ਅਸੀਂ 5 ਜਿਹੜੇ ਹਥਿਆਰ ਬਰਾਮਦ ਹੋਏ ਨੇ ਔਰ ਬਹੁਤ ਜਿਹੜੇ ਇੱਥੋਂ ਦੇ SHO ਔਰ ਉਹਨਾਂ ਦੇ ਚੇਜ਼ ਕਰਕੇ ਇਸ ਏਰੀਏ 'ਚੋਂ ਉਹਨਾਂ ਨੂੰ ਫੜਿਆ। ਅੱਛਾ ਸਰ, ਕਿਹੜੀ ਗੈਂਗ ਦੇ ਬੰਦੇ ਸਨ ਜਿਹੜੇ ਫੜੇ? ਇਹ ਸਾਰੀਆਂ ਇਨਵੈਸਟੀਗੇਸ਼ਨ ਦੇ ਮਸਲੇ ਨੇ ਬਟ ਉਹਨਾਂ ਦੇ ਖਿਲਾਫ ਕ੍ਰਿਮੀਨਲ ਜਿਹੜੇ ਪਰਚੇ ਦਰਜ ਨੇ, ਇਹਦੀਆਂ ਸਾਰੀਆਂ 2 ਬੰਦੇ ਫੜ ਲਏ ਆ। ਕੋਈ ਇੰਜਰੀ ਹੋਇਆ? ਨਹੀਂ, ਇੰਜਰਡ ਕੋਈ ਨਹੀਂ ਹੋਇਆ। ਉਹਨਾਂ ਫਾਇਰਿੰਗ ਕੀਤੀ, ਲੇਕਿਨ ਕਿੰਨੀ ਹੋਈ ਸਰ ਜਵਾਬੀ ਪੁਲਿਸ ਵੱਲੋਂ ਕਿੰਨੀ ਫਾਇਰਿੰਗ ਕੀਤੀ? ਦੇਖੋ, ਕਾਫੀ ਰਾਊਂਡ ਫਾਇਰ ਹੋਏ ਨੇ ਲੇਕਿਨ ਉਹ ਅਲਟੀਮੇਟਲੀ ਜਿਹੜੇ ਘਰ 'ਚ ਰੁਕੇ ਸੀ ਉਹ ਕਿਹੜੇ ਘਰ ਵਾ ਸਰ ਜਿੱਥੇ ਰੁਕੇ? ਜਿੱਥੇ ਰੁਕੇ ਸੀ ਤਾਂ ਇਹ ਇੱਥੋਂ ਮੂਵ ਕੀਤਾ ਨਾ, ਉਹ ਕਿਸੇ ਉਹਨਾਂ ਦਾ ਨੋਨ ਸੀਗਾ। ਇਹ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਜਿਹੜੇ ਘਰ 'ਚ ਰੁਕੇ ਸੀ ਉਹਨਾਂ ਦੀ ਟੈਂਕੀ ਜਿਹੜੀ ਕੋਠੇ ਉੱਤੇ ਸੀ ਉਹਦੇ ਵਿੱਚ ਹਥਿਆਰ ਨਿਕਲੇ ਨੇ, ਕੋਈ ਗੋਰੀ ਭਰ ਕੇ ਹਥਿਆਰ ਲੈ ਕੇ ਗਏ ਨੇ ਪੁਲਿਸ ਕੋਲ? ਇਹਦਾ ਦੀ ਕੋਈ ਗੱਲ ਨਹੀਂ ਹੈਗੀ, ਹਾਲੇ ਤਾਂ ਅਸੀਂ ਉਹਨਾਂ ਨੂੰ ਫੜਿਆ, ਬਾਕੀ ਇਨਵੈਸਟੀਗੇਸ਼ਨ। ਅੱਛਾ, ਬਾਕੀ ਜਿਹੜੇ ਕੇ ਸਰ ਉਹ ਕਿਸ ਤਰ੍ਹਾਂ ਨਿਕਲੇ? ਕੋਠਾ ਛਾ ਟੱਪ ਕੇ ਨਿਕਲ ਗਏ ਜਾਂ ਫਿਰ ਇਧਰੋਂ ਹੀ ਭੱਜ ਗਏ ਸੀ? ਉੱਥੋਂ ਹੀ ਕਾਬੂ ਨਹੀਂ ਆਇਆ ਸਰ? ਡਿਫਰੈਂਟ ਡਿਫਰੈਂਟ ਲਾਈਨ 'ਚੋਂ ਭੱਜੇ ਨੇ ਉਹ, ਲੇਕਿਨ ਅਸੀਂ ਉਹਨਾਂ ਨੂੰ ਸਰ ਕਿੰਨੇ ਜਣੇ ਗ੍ਰਿਫਤਾਰ ਕੀਤੇ ਗਏ? ਦੋ ਗ੍ਰਿਫਤਾਰ ਕਰ ਲਏ। ਟੋਟਲ ਕਿੰਨੇ ਸਰ, ਕਿੰਨੇ ਜਾਣੇ ਟੋਟਲ? ਕਿੰਨੇ ਲੱਗਦਾ 4 ਹੋਣਗੇ, ਲੇਕਿਨ ਇਨੋਵਾ ਗੱਡੀ ਜਿਹੜੀ ਆ ਰਹੀ ਸੀ, ਇਨੋਵਾ ਗੱਡੀ ਜਿਹੜੀ ਆ ਉਹ ਵੀ ਇਨੋਵਾ ਗੱਡੀ ਇੱਥੋਂ ਦੀ ਲੋਕਲ? ਹਾਂ, ਲੋਕਲ ਸੀ। ਲੋਕਲ ਸੀ ਤਾਂ ਬਿਲਕੁਲ ਪੁਲਿਸ ਕਮਿਸ਼ਨਰ ਸਾਈਡ ਤੋਂ ਆ ਰਹੇ ਜੀ।